ਪਿਛਲੇ ਸਾਲ ਨਵੰਬਰ ਮਹੀਨੇ 10 ਤਰੀਕ ਨੂੰ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ ਉਹ ਪ੍ਰਦੀਪ ਕੁਮਾਰ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਬੇਅਦਵੀ ਮਾਮਲੇ ਦੇ ਵਿੱਚ ਨਾਮਜ਼ਦ ਮੁਲਜ਼ਮ ਹੈ ਤਾਂ ਇਸ ਮਾਮਲੇ ਦੇ ਵਿੱਚ ਜਦੋਂ ਕਤਲ ਕਰ ਦਿੱਤਾ ਗਿਆ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਵੱਡਾ ਟਵੀਟ ਕੀਤਾ ਗਿਆ ਡੀਜੀਪੀ ਗੌਰਵ ਯਾਦ ਵੱਲੋਂ ਇਸ ਮਾਮਲੇ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਇਸ ਪੂਰੇ ਘਟਨਾਕਰਮ ਨੂੰ ਕਤਲ ਕਾਂਡ ਦਾ ਮਾਸਟਰਮਾਈਂਡ ਹੈ ਜਿਹੜਾ ਉਸ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਗੈਂਗਸਟਰ ਜਿਹੜਾ ਹੈਗਾ ਹਰਪ੍ਰੀਤ ਸਿੰਘ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਸ ਨੂੰ ਕਾਬੂ ਕਰ ਲਿਆ 골ਡੀ ਬਰਾੜ ਜੋ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਜੋ ਸਿੱਧੂ ਮਸੇਵਾਲਾ ਦਾ ਮਾਸਟਰਮਾਈਂਡ ਹੈ 골ਡੀ ਬਰਾੜ ਨੇ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਜਿਹੜਾ ਉਸ ਦਾ ਕਾਫੀ ਕਰੀਬੀ ਹੈ ਲਗਾਤਾਰ ਉਸ ਦੇ ਟੱਚ ਦੇ ਵਿੱਚ ਸੀ 골ਡੀ ਬਰਾੜ ਤਾਂ ਗੈਂਗਸਟਰ ਹਰਪੀਤ ਸਿੰਘ ਉਸ ਦਾ ਕਰੀਬੀ ਉਸ ਨੂੰ ਫੜਿਆ ਕੋਟਕਪੂਰਾ ਦੇ ਵਿੱਚ 10 ਨਵੰਬਰ ਨੂੰ 2022 ਨੂੰ ਪ੍ਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਜਿਹੜਾ ਮਾਸਟਰਮਾਈਂਡ ਹੈ 골ਦੀ ਬਰਾੜ ਉਸ ਨੇ ਇੱਕ ਇਹ ਪਲਾਨ ਕੀਤਾ ਡੇਰਾ ਪ੍ਰੇਮੀ ਜੋ ਸਾਲ 2015 ਬੇਦਵੀ ਮਾਮਲੇ ਦਾ ਮਲਜ਼ਮ ਹੈ ਜਿਸ ਜੋ ਕੇਸ ਦੇ ਵਿੱਚ ਨਾਮਜ਼ਦ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਸੀ ਮਰਵਾ ਦਿੱਤਾ ਸੀ ਗੋਲੀਆਂ ਮਾਰ ਕੇ ਤਾਂ ਫਿਰ ਗੋਲਦੀ ਬਰਾਡ ਨੇ ਸੰਪਤੀ ਜਿਹੜੀ ਸੰਪਤੀ ਜਿਹੜੀ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਪੰਜਾਬ ਦਾ ਜਿਹੜਾ ਧਿਆਨ ਹੈ ਉਹ ਮੂਸੇਵਾਲਾ ਤੋਂ ਹਟ ਕੇ ਬੇਦਵੀ ਦੇ ਜਿਹੜੇ ਮੁਲਜ਼ਮ ਹੈ ਉਸਨਾਂ ਦਾ ਬਦਲਾ ਲੈਣ ਦੇ ਲਈ ਅਜਿਹਾ ਉਹਨਾਂ ਨੇ ਪੋਸਟ ਵੀ ਕੀਤਾ ਸੀ 골ਡੀ ਬ੍ਰਾਂਡ ਨੇ ਜਦੋਂ ਇਹ ਵਾਰਦਾਤ ਵਾਪਰੀ ਸੀ ਤਾਂ 골ਡੀ ਬ੍ਰਾਂਡ ਨੇ ਅਜਿਹੀ ਜ਼ਿੰਮੇਵਾਰੀ ਲਈ ਸੀ ਕਿ ਗੁਰੂ ਸਾਹਿਬ ਦੀ ਬੇਦਵੀ ਕਰਨ ਵਾਲੇ ਜਿਹੜੇ ਆਸੀਂ ਨਹੀਂ ਬਖਸ਼ਾਂਗੇ ਪੁਲਿਸ ਚਾਹੇ ਕੁਝ ਨਾ ਕਰੇ ਜਾਂ ਨਾ ਕਰੇ ਸਰਕਾਰਾਂ ਆਈਆਂ ਗਈਆਂ ਅਜਿਹਾ ਕੁਝ 골ਡੀ ਬ੍ਰਾਂਡ ਨੇ ਜਿਹੜਾ ਹੈ ਬਿਆਨ ਕੀਤਾ ਸੀ ਪਰ ਫਿਲਹਾਲ ਇਹ ਡੇਰਾ ਪ੍ਰੇਮੀ ਜਿਹੜਾ ਪ੍ਰਦੀਪ ਕੁਮਾਰ ਹੈ ਦਸੰਬਰ ਮਾਫ ਕਰਨਾ 10 ਨਵੰਬਰ ਨੂੰ ਇਸ ਦਾ ਗੋਲੀਆਂ ਮਾਰ ਕੇ ਛੇ ਸ਼ੂਟਰ ਆਈ ਸੀ ਗੋਲੀਆਂ ਮਾਰਨ ਦੇ ਲਈ ਆਪਣੀ ਦੁਕਾਨ ਤੇ ਬੈਠਾ ਹੋਇਆ ਸੀ ਤਾਂ ਸਵੇਰੇ ਦੁਕਾਨ ਤੇ ਜਦੋਂ ਦੁਕਾਨ ਖੋਲ ਕੇ ਬੈਠਾ ਹੋਇਆ ਸੀ ਤਾਂ ਛੇ ਜਣੇ ਆਂਦੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਗੋਲੀਆਂ ਮਾਰ ਕੇ ਚਲੇ ਜਾਂਦੇ ਇਸ ਘਟਨਾ ਦੇ ਵਿੱਚ ਜੋ ਡੇਰਾ ਪ੍ਰੇਮੀ ਹੈ ਪ੍ਰਦੀਪ ਉਸ ਦਾ ਉਸ ਦੀ ਮੌਤ ਹੋ ਜਾਂਦੀ ਹੈ ਜਦ ਕਿ ਉਸ ਦਾ ਜਿਹੜਾ ਇੱਕ ਗਨਮੈਨ ਹੁੰਦਾ ਉਹ ਜ਼ਖਮੀ ਹੋ ਜਾਂਦਾ ਤਾਂ 2000 ਪ੍ਰਦੀਪ ਸਿੰਘ ਜਿਹੜਾ ਹੈ ਪ੍ਰਦੀਪ ਹੈਗਾ ਇਹ 2015 ਦੇ ਵਿੱਚ ਜੋ ਬੁਰਜ ਜਵਾਰ ਸਿੰਘ ਵਾਲਾ ਦੀ ਬੇਦਵੀ ਕੋਈ ਸੀ ਉਸ ਮਾਮਲੇ ਦੇ ਵਿੱਚ ਇਸ ਇਸ ਦਾ ਨਾਮ ਸ਼ਾਮਲ ਹੈ ਇਸ ਪੂਰੇ ਕੇਸ ਦੇ ਵਿੱਚ ਇਹ ਨਾਮਜ਼ਦ ਹੈ ਇਹ ਮੁਲਜ਼ਮ ਹੈ ਤੇ ਇਹ ਜਿਹੜਾ ਹੈਗਾ ਇਹ ਬਾਹਰ ਆਇਆ ਸੀ ਜ਼ਮਾਨਤ ਦੇ ਉੱਪਰ ਬਾਹਰ ਆਇਆ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਾਰਵਾਈ ਕੀਤੀ ਸੀ ਦੋ ਨਵਾਲਕ ਜਿਹੜੇ ਸ਼ੂਟਰਸ ਸੀ ਉਹਨਾਂ ਦੇ ਸਣੇ ਤਿੰਨ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਸ ਤੋਂ ਦੇਰ ਰਾਤ ਤਕਰੀਬਨ 2:30 ਵਜੇ ਦਿੱਲੀ ਪੁਲਿਸ ਨੇ ਦਿੱਲੀ ਤੋਂ ਆ ਕੇ ਪਟਿਆਲਾ ਤੋਂ ਇਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਫਿਰ ਉਸ ਤੋਂ ਬਾਅਦ ਕੁਝ ਮਹੀਨੇ ਬਾਅਦ ਪੰਜਾਬ ਪੁਲਿਸ ਨੇ ਜਲੰਧਰ ਤੇ ਹੁਸ਼ਿਆਰਪੁਰ ਦੀ ਟੀਮ ਨੇ ਜਿਹੜਾ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਹੁਸ਼ਿਆਰਪੁਰ ਤੋਂ ਜਿਹੜਾ ਸ਼ੂਟਰ ਸੀ ਉਸ ਨੂੰ ਫੜਿਆ ਸੀ ਤੇ ਨਾਲ ਉਸ ਦਾ ਇੱਕ ਸਾਥੀ ਜੋ ਉਸ ਨੂੰ ਪਨਾਹ ਦੇ ਰਿਹਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਜੋ ਮਾਸਟਰਮਾਈਂਡ ਹੈ ਹਰਪ੍ਰੀਤ ਸਿੰਘ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ